लोक इंसाफ पार्टी ਦੇ ਮੁਖੀ ਤੇ ਛੋਟੇ ਬੈਂਸ ਸਿਮਰਜੀਤ ਦੇ ਸਪੁੱਤਰ ਅਜੇ ਪ੍ਰੀਤ ਬੈਂਸ ਵੱਲੋਂ ਸਰੇਆਮ ਲੁਧਿਆਣਾ ਚ ਗੁੰਡਾਗਰਦੀ ਦਿਖਾਈ ਗਈ। ਅਜੇ ਪ੍ਰੀਤ ਵੱਲੋਂ ਸਰੇਆਮ ਜਨਤਾ ਤੋਂ ਮਿਲੀ ਸਿਆਸੀ ਤਾਕਤ ਦਾ ਜਨਾਜ਼ਾ ਕੱਢਿਆ ਗਿਆ। ਘਟਨਾ ਲੁਧਿਆਣੇ ਦੀ ਹੈ ਜਿੱਥੇ ਆਤਮਨਗਰ ਤੋਂ ਵਿਧਾਇਕ ਬਣੇ ਸਿਮਰਜੀਤ ਬੈਂਸ ਦੇ ਪੁੱਤਰ ਨੇ ਪੁਲਿਸ ਵੱਲੋਂ ਆਪਣੀ ਗੱਡੀ ਰੋਕੇ ਜਾਣ ਤੇ ਆਪਾ ਖੋ ਦਿੱਤਾ। ਗੁੱਸੇ 'ਚ ਆਏ ਵਿਧਾਇਕ ਦੇ ਲਾਡਲੇ ਨੇ ਡਿਊਟੀ ਤੇ ਹਾਜ਼ਰ ਪੁਲਿਸ ਕਰਮੀ ਨਾਲ ਬਦਸਲੂਕੀ ਵੀ ਕੀਤੀ। ਬਦਸਲੂਕੀ ਦੀ ਇਹ ਘਟਨਾ ਹਾਜ਼ਰ ਚਸ਼ਮਦੀਦ ਵੱਲੋਂ ਆਪਣੇ ਫੋਨ 'ਚ ਕੈਦ ਕਰ ਲਈ ਗਈ। ਪਰ ਸਵਾਲ ਇਹ ਖੜਾ ਹੁੰਦਾ ਕਿ ਲੋਕ ਇਨਸਾਫ਼ ਦੀ ਗੱਲ ਕਰਨ ਵਾਲੇ ਬੈਂਸ ਭਰਾਵਾਂ ਦੇ ਲਾਡਲੇ ਦੀ ਹਰਕਤ ਕਿੰਨੀ ਕੁ ਇਨਸਾਫ਼ ਦੇ ਨੇੜੇ ਹੈ। ਦੂਜੇ ਪਾਸੇ ਵਿਧਾਇਕ ਬੈਂਸ ਵੱਲੋਂ ਵੀ ਹਾਲੇ ਤੱਕ ਇਸ ਘਟਨਾ 'ਤੇ ਬੋਲਣ ਤੋਂ ਦੂਰੀ ਬਣਾਈ ਹੋਈ ਹੈ। ਬਿਊਰੋ ਰਿਪੋਰਟ, ਸਪੋਕਸਮੈਨ ਟੀਵੀ।